ਫਾਜ਼ਿਲਕਾ ਦੇ ਅਬੋਰ ਰੋਡ ਤੇ ਸ਼ਾਹ ਪੈਲਸ ਦੇ ਨੇੜੇ ਇੱਕ ਕੋੜੇ ਟਰਾਲੇ ਨੇ ਕਾਰ ਨੂੰ ਮਾਰੀ ਟੱਕਰ, ਕਾਰ ਪਲਟੀ, ਕਾਰ ਚਾਲਕ ਬਾਲ-ਬਾਲ ਬਚੇ। ਫਾਜ਼ਿਲਕਾ ਦੀ ਅਬੋਰ ਰੋਡ ਤੇ ਬਨੇ ਸ਼ਾਹ ਪੈਲਸ ਦੇ ਨੇੜੇ ਇੱਕ ਕੋੜੇ ਟਰਾਲੇ ਵੱਲੋਂ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ ਗਈ, ਜਿਸ ਦੇ ਚਲਦਿਆਂ ਕਾਰ ਪਲਟ ਗਈ ਅਤੇ ਕਾਰ ਸਵਾਰ ਬਾਲ-ਬਾਲ ਬਚ ਗਏ। ਜਾਣਕਾਰੀ ਦਿੰਦੇ ਹੋਏ ਕਾਰ ਸਵਾਰ ਨੇ ਦੱਸਿਆ ਕਿ ਉਹ ਮਲੋੜ ਤੋਂ ਵਿਆਹ ਅਟੈਂਡ ਕਰਕੇ ਫਾਜ਼ਿਲਕਾ ਵੱਲ ਨੂੰ ਆ ਰਹੇ ਸਨ ਤਾਂ ਪਿੱਛੋਂ ਆ ਰਹੇ ਇੱਕ ਕੋੜੇ ਟਰਾਲੇ ਵੱਲੋਂ ਉਹਨਾਂ ਨੂੰ ਟੱਕਰ ਮਾਰ ਦਿੱਤੀ ਗਈ, ਜਿਸ ਦੇ ਚਲਦਿਆਂ ਕਾਰ ਬੁਰੀ ਤਰ੍ਹਾਂ ਨਾਲ ਪਲਟ ਗਈ ਅਤੇ ਕਾਰ ਦੇ ਵਿੱਚ ਸਵਾਰ 5 ਲੋਕ ਬਾਲ-ਬਾਲ ਬਚ ਗਏ। ਦੁਰਘਟਨਾ ਦੇ ਵਿੱਚ ਕਾਰ ਪੂਰੀ ਤਰ੍ਹਾਂ ਨਾਲ ਚਕਨਾ ਚੂਰ ਹੋ ਗਈ ਹੈ। ਉੱਧਰ ਮਾਮਲੇ ਦੀ ਸੂਚਨਾ ਮਿਲਦੇ ਹੀ ਫਾਜ਼ਿਲਕਾ ਦੇ DSP ਜੋਰਾ ਸਿੰਘ ਮੌਕੇ ਤੇ ਪਹੁੰਚੇ, ਜਿਨ੍ਹਾਂ ਵੱਲੋਂ ਹਾਲਾਤਾਂ ਦਾ ਜਾਇਜ਼ਾ ਲਿੱਤਾ ਗਿਆ। ਉੱਧਰ ਕਾਰ ਚਾਲਕਾਂ ਵੱਲੋਂ ਕੋੜਾ ਟਰਾਲਾ ਚਾਲਕ ਦੀ ਤਲਾਸ਼ ਕਰਕੇ ਉਸ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਹਾਂਜੀ ਸਰ, ਕੀ ਨਾਮ ਹੈ ਜੀ? ਮੇਰਾ ਨਾਮ ਪ੍ਰਦੀਪ ਨਾਰਾ ਜੀ। ਕੀ ਹਾਦਸਾ ਹੈ ਜੀ? ਹਾਦਸਾ ਮੈਂ ਰੋਡ ਤੋਂ ਆ ਰਿਹਾ ਸੀਗਾ ਜੀ ਆਪਣੀ ਫੈਮਿਲੀ ਦੇ ਨਾਲ, ਅਤੇ ਜਦੋਂ ਫਾਜ਼ਿਲਕਾ ਪਹੁੰਚਿਆ ਸੀਗਾ ਇੱਥੇ ਸ਼ਾਹ ਪੈਲਸ ਦੇ ਕੋਲ, ਤਾਂ ਪਿੱਛੇ ਇੱਕ ਟਰਾਲੇ ਵਾਲਾ ਆਇਆ ਸੀਗਾ, ਉਹ ਸਾਈਡ ਮਾਰ ਕੇ ਗੱਡੀ 'ਚ ਚਲਾ ਗਿਆ, ਪਤਾ ਨਹੀਂ ਚੱਲ ਰਿਹਾ। ਕਿੱਥੇ ਹੋਇਆ ਜੀ? ਇਹ ਸ਼ਾਹ ਪੈਲਸ ਦੇ ਕੋਲ ਜੀ। ਗੱਡੀ ਵਾਲੇ ਦਾ ਪਤਾ ਲੱਗਾ ਜੀ ਕੁਛ? ਨਹੀਂ ਹਜੇ ਨਹੀਂ ਜੀ, ਵੈਸੇ ਤਾਂ ਬੜੀ ਮੁਸ਼ਕਲ ਨਾਲ ਬਚੇ ਹਾਂ ਜੀ, ਗੱਡੀ ਵਾਲੇ ਦਾ ਹਜੇ ਪਤਾ ਨਹੀਂ ਚੱਲੇ ਜੀ। ਕਿੰਨੇ ਕੁ ਜਣੇ ਗਏ ਸੀ ਕਾਰ ਦੇ ਵਿੱਚ? ਅਸੀਂ 5 ਜਣੇ ਹੈਗੇ ਸੀਗੇ। ਵਗੈਰਾ ਨੁਕਸਾਨ ਹਜੇ ਤਾਂ ਚਲੋ ਬਚਤ ਹੋ ਗਈ ਜੀ, ਕੋਈ ਸੱਟ ਵਗੈਰਾ ਕਿਸੇ ਤੇ ਲੱਗੀ ਹੋਵੇ? ਸੱਟ ਨਹੀਂ, ਥੋੜ੍ਹੀ ਬਹੁਤ ਸੱਟ ਲੱਗੀ ਹੈਗੀ ਹੈ।